ਚੰਡੀਗੜ੍ਹ ਦੇ ਸੈਕਟਰ 33 ਬੀਜੇਪੀ ਦਫ਼ਤਰ ਤੋਂ ਅੱਜ ਇੱਕ ਪ੍ਰਦਰਸ਼ਨ ਕੀਤਾ ਜਾ ਰਿਹਾ। SC ST ਨੇ ਜਿਹੜੇ ਉਹਨਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ, ਰਾਹੁਲ ਗਾਂਧੀ ਦੇ ਖਿਲਾਫ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਹੱਥਾਂ 'ਚ ਬੈਨਰ ਲੈ ਕੇ ਰਾਹੁਲ ਗਾਂਧੀ ਹਾਏ ਹਾਏ ਆਰਕਸ਼ਣ ਵਿਰੋਧੀ ਕਾਂਗਰਸ ਮੁਰਦਾਬਾਦ, ਇਸ ਤਰ੍ਹਾਂ ਦੇ ਬੈਨਰ ਲੈ ਕੇ ਇਹ ਪ੍ਰੋਟੈਸਟ ਕੀਤਾ ਜਾ ਰਿਹਾ। ਚੰਡੀਗੜ੍ਹ ਦੇ ਸੈਕਟਰ 33 ਤੋਂ ਸੈਕਟਰ 35 ਕਾਂਗਰਸ ਭਵਨ ਤੱਕ ਜਾਣ ਦੀ ਇਹਨਾਂ ਨੇ ਕੋਸ਼ਿਸ਼ ਕੀਤੀ ਸੀ, ਕਾਂਗਰਸ ਭਵਨ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਸੀ, ਲੇਕਿਨ ਉਸ ਤੋਂ ਪਹਿਲਾਂ ਹੀ ਪੁਲਿਸ ਨੇ ਇਹਨਾਂ ਨੂੰ ਇੱਥੇ ਰੋਕ ਲਿਆ, ਬੈਰੀਕੇਟਿੰਗ ਲਾ ਕੇ ਇੱਥੇ ਰੋਕਿਆ ਗਿਆ। ਤੇ ਤਸਵੀਰਾਂ ਤੁਸੀਂ ਵੇਖ ਰਹੇ ਹੋ ਚੰਡੀਗੜ੍ਹ ਦੇ ਸੈਕਟਰ 33 ਦੇ 33-34 ਚੌਕ ਦੀ ਤਸਵੀਰਾਂ ਨੇ ਜਿੱਥੇ ਇਹ ਪ੍ਰੋਟੈਸਟ ਕੀਤਾ ਜਾ ਰਿਹਾ। ਜਿਹੜੇ SC ST ਦੇ ਬੀਜੇਪੀ ਮੋਰਚਾ ਦੇ ਜਿਹੜੇ ਲੋਕ ਨੇ ਉਹਨਾਂ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ, ਜਿਸ ਕਰਕੇ ਅੱਜ ਜਿੰਨੇ ਜਿਹੜੇ ਹੋਰ ਵੀ ਜਿਹੜੇ ਇਹਨਾਂ ਦੇ ਲੋਕ ਨੇ ਉਹਨਾਂ ਵੱਲੋਂ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਤੇ ਪੁਤਲਾ ਜਿਹੜਾ ਫੂਕਿਆ ਜਾ ਰਿਹਾ। ਰਾਹੁਲ ਜੀ ਸਾਡੇ ਨਾਲ ਨੇ। ਰਾਹੁਲ ਜੀ, ਅੱਜ ਪ੍ਰੋਟੈਸਟ ਕੀਤਾ ਜਾ ਰਿਹਾ ਹੈ, ਪੁਤਲਾ ਫੂਕਾ ਜਾ ਰਿਹਾ ਹੈ, ਕਿਸ ਤਰ੍ਹਾਂ ਸੇ ਦੇਖਤੇ ਹੈ? ਪਿਛਲੇ ਦਿਨੋਂ ਕਾਫੀ ਵਿਵਾਦ ਹੁਆ, ਕਾਫੀ ਵਿਵਾਦਿਤ ਜੋ ਬਿਆਨਬਾਜ਼ੀ ਹੋਈ, ਕਾਫੀ ਦੇਖਿਏ। ਰਾਹੁਲ ਗਾਂਧੀ ਜੀ ਨੇ ਜੋ ਟਿੱਪਣੀ ਕਰੀ ਹੈ ਕਿ ਹਮ ਆਰਕਸ਼ਣ ਖਤਮ ਕਰ ਦੇਂਗੇ, ਵੋ ਭਾਰਤ ਮੇ ਰਹਤੇ ਹੈ ਤੋ ਇਹ ਬਾਤ ਕਰਤੇ ਹੈ ਕਿ ਸੰਵਿਧਾਨ ਖਤਰੇ ਮੇ ਹੈ, ਲੇਕਿਨ ਜਬ ਵੋ ਇਹ ਬਾਤ ਕਰਤੇ ਹੈ ਫੋਰਨ ਕੀ ਲੈਂਡ ਮੇ ਕਿ ਆਰਕਸ਼ਣ ਖਤਮ ਕਰ ਦੇਂਗੇ ਯਾ ਹਟਾ ਦੇਂਗੇ, ਇਸਸੇ ਉਨਕੀ ਜੋ ਮਾਨਸਿਕਤਾ ਹੈ, ਜੋ ਕਾਂਗਰਸ ਕੀ ਸੋਚ ਹੈ, ਵੋ ਜਗ ਜ਼ਾਹਿਰ ਹੋ ਜਾਤੀ ਹੈ ਕਿ ਵੋ ਨਾ ਤੋ ਸੰਵਿਧਾਨ ਕੇ ਫੇਵਰ ਮੇ ਹੈ, ਨਾ ਤੋ ਵੋ ਆਰਕਸ਼ਣ ਕੇ ਫੇਵਰ ਮੇ ਹੈ, ਵੋ ਸੰਵਿਧਾਨ ਕੋ ਖਤਮ ਕਰਨਾ ਚਾਹਤੇ ਹੈ, ਆਰਕਸ਼ਣ ਕੋ ਖਤਮ ਕਰਨਾ ਚਾਹਤੇ ਹੈ। ਕਾਂਗਰਸ ਕੇ 57 ਸਾਲ ਕੋ ਦੇਖ ਲੀਜੀਏ, ਉਨ 57 ਸਾਲ ਮੇ ਕਾਂਗਰਸ ਨੇ ਜਿਸ ਤਰੀਕੇ ਸੇ ਸੰਵਿਧਾਨ ਕੇ ਪ੍ਰਾਵਧਾਨੋ ਕਾ ਦੁਰਉਪਯੋਗ ਕੀਆ ਹੈ, ਚਾਹੇ ਵੋ ਨਹਿਰੂ ਹੋ, ਚਾਹੇ ਵੋ ਇੰਦਰਾ ਗਾਂਧੀ ਹੋ, ਚਾਹੇ ਵੋ ਰਾਜੀਵ ਗਾਂਧੀ ਹੋ, ਚਾਹੇ ਵੋ ਮਨਮੋਹਨ ਸਿੰਘ ਹੋ, ਇਹ ਸਾਰੀ ਸਰਕਾਰੇ ਜੋ ਹੈ ਕਾਂਗਰਸ ਕੀ, ਇਹਨਾਂ ਨੇ ਸਮਾਜਿਕ ਔਰ ਆਰਥਿਕ ਲੋਕਤੰਤਰ ਕਾ ਉਲੰਘਨ ਕੀਆ, ਔਰ ਜੋ ਨਰਿੰਦਰ ਮੋਦੀ ਕੀ ਸਰਕਾਰ ਹੈ ਵੋ ਸਮਾਜਿਕ ਨਿਆਂ ਕੇ ਤੋ ਉਨਕੀ ਪ੍ਰਤੀਬੱਧਤਾ ਦਿਖਤੀ ਹੈ, ਪਿਛਲੇ 10 ਸਾਲੋਂ ਮੇ ਜੋ ਨੀਤੀਆਂ ਦੇਖੇਂਗੇ ਤੋ ਸਮਾਜਿਕ ਨਿਆਂ ਉਸਮੇ ਆਪਕੋ ਦਿਖਤਾ, ਆਰਥਿਕ ਸਸ਼ਕਤੀਕਰਨ ਕੀ ਨੀਤੀ ਹੈ ਉਸਮੇ ਆਪਕੋ ਦਿਖਤੀ ਹੈ। ਬੀਜੇਪੀ ਕੀ ਤਰਫ ਸੇ ਲਗਾਤਾਰ ਇਸ ਤਰ੍ਹਾਂ ਕਾ ਪ੍ਰਦਰਸ਼ਨ ਜੋ ਹੈ ਵੋ ਕੀਆ ਜਾਏਗਾ ਪੂਰੇ ਦੇਸ਼ ਮੇ? ਜੀ ਜੀ, ਇਹ ਪੂਰੇ 20 ਅਭੀ ਅਗਲੇ 15-20 ਦਿਨ ਇਹ ਬੜਾ ਮੁਹਿੰਮ ਚੱਲ ਰਹਾ ਹੈ, ਜੋ ਹਮ ਰਾਹੁਲ ਗਾਂਧੀ ਨੇ ਜੋ ਇੱਕ ਟਿੱਪਣੀ ਦੀ ਹੈ ਉਸਕੇ ਅਬ ਆਲ ਇੰਡੀਆ ਪ੍ਰੋਟੈਸਟ ਹਮਨੇ ਆਰਗੇਨਾਈਜ਼ ਕੀਆ ਹੈ, ਹਰ ਪ੍ਰਦੇਸ਼ ਸਤਰ ਪਰ ਆਜ ਆਰਗੇਨਾਈਜ਼ ਹੋ ਰਹਾ ਹੈ, ਅਬ ਕੱਲ ਸੇ ਆਪ ਦੇਖੇਂਗੇ ਹਰ ਜ਼ਿਲ੍ਹਾ ਸਤਰ ਪਰ ਇਸਕੋ ਆਰਗੇਨਾਈਜ਼ ਕੀਆ ਜਾਏਗਾ, ਫਿਰ ਇਹ ਮੰਡਲ ਸਤਰ ਤੱਕ ਵੀ ਜਾਏਗਾ। ਹਮ ਚੁੱਪ ਬੈਠਨੇ ਵਾਲੇ ਨਹੀਂ ਹੈ, ਭਾਰਤੀ ਜਨਤਾ ਪਾਰਟੀ ਚੁੱਪ ਬੈਠਨੇ ਵਾਲੀ ਨਹੀਂ ਹੈ। ਆਰਕਸ਼ਣ ਪੇ ਅਗਰ ਕੋਈ ਵੀ ਸਵਾਲ ਉਠਾਏਗਾ, ਸੰਵਿਧਾਨ ਪੇ ਕੋਈ ਵੀ ਸਵਾਲ ਉਠਾਏਗਾ, ਹਮ ਉਸਕੋ ਸ਼ਾਂਤ ਕਰੇਂਗੇ, ਔਰ ਉਹਨਾਂ ਨੇ ਜੋ ਕਰਤੂਤੇ ਕਰੀ ਹੈ ਪਿਛਲੇ 57 ਸਾਲੋਂ ਮੇ ਉਸਕੋ ਹਮ ਸਾਬਿਤ ਕਰੇਂਗੇ, ਕੈਸੇ ਇਹਨਾਂ ਨੇ ਆਰਕਸ਼ਣ ਕੇ ਖਿਲਾਫ ਕੰਮ ਕੀਆ ਹੈ, ਸੰਵਿਧਾਨ ਕੇ ਖਿਲਾਫ ਕੰਮ ਕੀਆ। ਬਿਲਕੁਲ, ਜਿਹੜੇ ਆਰਕਸ਼ਣ ਦੇ ਮੁੱਦੇ ਨੂੰ ਲੈ ਕੇ ਜਿਸ ਤਰ੍ਹਾਂ ਦਾ ਬਿਆਨਬਾਜ਼ੀ ਹੋਈ ਹੈ ਉਸ ਨੂੰ ਲੈ ਕੇ ਅੱਜ ਚੰਡੀਗੜ੍ਹ ਦੇ ਵਿੱਚ ਪ੍ਰੋਟੈਸਟ ਕੀਤਾ ਜਾ ਰਿਹਾ, ਰਾਹੁਲ ਗਾਂਧੀ ਦਾ ਪੁਤਲਾ ਫੂਕਿਆ ਜਾ ਰਿਹਾ ਤੇ ਅੱਜ ਚੰਡੀਗੜ੍ਹ ਦੇ ਸੈਕਟਰ 33 ਬੀਜੇਪੀ ਦਫ਼ਤਰ ਦੇ ਬਾਹਰ, ਹਾਲਾਂਕਿ ਇਹਨਾਂ ਨੂੰ ਇੱਥੇ ਹੀ ਰੋਕ ਲਿਆ ਗਿਆ, ਪੁਲਿਸ ਬਲ ਇੱਥੇ ਤੈਨਾਤ ਕੀਤਾ ਗਿਆ, ਅੱਗੇ ਕਿਸੇ ਨੂੰ ਵੀ ਜਾਣ ਦੀ ਪਰਮਿਸ਼ਨ ਨਹੀਂ ਦਿੱਤੀ ਗਈ ਹੈ। ਲੇਕਿਨ SC ST ਮੋਰਚਾ ਦੇ ਜਿਹੜੇ ਇੱਥੇ ਬੀਜੇਪੀ ਦੇ ਵਰਕਰ ਪਹੁੰਚੇ ਨੇ, ਲੀਡਰਸ ਪਹੁੰਚੇ ਨੇ, ਉਹਨਾਂ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਇਸ ਤਰ੍ਹਾਂ ਦੀ ਬਿਆਨਬਾਜ਼ੀ ਪੂਰੇ ਦੇਸ਼ ਦੇ ਵਿੱਚ ਇਸ ਚੀਜ਼ ਦਾ ਵਿਰੋਧ ਕੀਤਾ ਜਾ ਰਿਹਾ, ਰਾਹੁਲ ਗਾਂਧੀ ਦਾ ਵਿਰੋਧ ਕੀਤਾ ਜਾ ਰਿਹਾ, ਜਿਸ ਨੂੰ ਲੈ ਕੇ ਅੱਜ ਇਹ ਪ੍ਰੋਟੈਸਟ ਕੀਤਾ ਜਾ ਰਿਹਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸੇ ਤਰ੍ਹਾਂ ਦਾ ਪ੍ਰੋਟੈਸਟ ਹੈ, ਇਸੇ ਤਰ੍ਹਾਂ ਦਾ ਜਿਹੜਾ ਪੁਤਲਾ ਹੈ ਉਹ ਫੂਕਿਆ ਜਾਏਗਾ। ਤਸਵੀਰਾਂ ਚੰਡੀਗੜ੍ਹ ਦੇ ਸੈਕਟਰ 33 ਬੀਜੇਪੀ ਦਫ਼ਤਰ ਦੇ ਬਾਹਰ ਦੀ ਹੈ, ਜਿਨ੍ਹਾਂ ਨੇ ਸੈਕਟਰ 35 ਕਾਂਗਰਸ ਭਵਨ ਜਾਣ ਦੀ ਕੋਸ਼ਿਸ਼ ਕੀਤੀ ਸੀ, ਲੇਕਿਨ ਇਹਨਾਂ ਨੂੰ ਅੱਗੇ ਜਾਣ ਨੂੰ ਰੋਕ ਲਿਆ ਗਿਆ ਕਿਉਂਕਿ ਪੁਲਿਸ ਫੋਰਸ ਇੱਥੇ ਤੈਨਾਤ ਕੀਤੀ ਗਈ ਸੀ, ਅੱਗੇ ਇਹਨਾਂ ਨੂੰ ਜਾਣ ਦੀ ਪਰਮਿਸ਼ਨ ਨਹੀਂ ਦਿੱਤੀ ਜਾ ਰਹੀ। ਔਰ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਐਗਰੈਸਿਵ ਮੋਡ ਦੇ ਵਿੱਚ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ, ਐਗਰੈਸਿਵ ਮੋਡ ਦੇ ਵਿੱਚ ਇਹ ਪ੍ਰੋਟੈਸਟ ਜਿਹੜਾ ਉਹ ਕੀਤਾ ਜਾ ਰਿਹਾ। ਤਸਵੀਰਾਂ ਤੁਸੀਂ ਵੇਖ ਰਹੇ ਹੋ ਚੰਡੀਗੜ੍ਹ ਦੇ ਸੈਕਟਰ 33 ਬੀਜੇਪੀ ਦਫ਼ਤਰ ਦੀਆਂ ਤਸਵੀਰਾਂ ਨੇ ਜਿੱਥੇ ਅੱਜ ਇਹ ਪ੍ਰੋਟੈਸਟ ਕੀਤਾ ਜਾ ਰਿਹਾ, ਔਰ ਇਹਨਾਂ ਦਾ ਕਹਿਣਾ ਹੈ ਕਿ ਅਗਲੇ
15 दिन इसी तरह यह प्रोटेस्ट जारी रहने वाला बीजेपी बर्दाश्त नहीं करेगी, जिस करके प्रोटेस्ट जो किया जा रहा है। चंडीगढ़ के सैक्टर 33 की तस्वीर ने जिथे यह प्रोटेस्ट लगातार जारी है, तो हूं पुलिस वालों भी पूरी इतने एहतियात बरती गई है, अगे किसी परमिशन जी है वह नहीं दी गई। चंडीगढ़ तो कैमरामैन अजय कुमार नाल मनोज राठी, न्यूज 18।